ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਿਸ਼ਵਕਰਮਾ ਮੁੱਖ ਗਰਾਜ ਤੇ। ਅੱਜ ਸਾਡੇ ਕੋਲ ਜੀ ਵਰਨਾ ਫਲੂਇਡ 2019 ਮਾਡਲ ਪ੍ਰੋਬਲਮ ਉਹੀ ਰਿੰਗਾਂ ਵਾਲੀ ਤੇ ਅਸੀਂ ਕਰਾਂਗੇ ਜੀ ਇੰਜਨ ਦਾ ਕੰਮ ਤੇ ਤੁਹਾਨੂੰ ਦਿਖਾਉਣੇ ਆ ਵੀ ਆਪਦੇ ਤਰੀਕੇ ਨਾਲ ਕਿਵੇਂ ਕਰਦੇ ਆ ਕੰਮ ਤੇ ਕਿਵੇਂ ਇਹਨੂੰ ਕਰਦੇ ਆ ਓਕੇ ਰਿਪੋਰਟ ਤੇ। ਜਿਹੜਾ ਤੇਲ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਲੁੱਕ ਬਣੀ ਪਈ ਆ, ਇੰਨਾ ਬੈਕ ਕੰਪਰੈਸ਼ਰ ਆ, ਇੰਨੀ ਬਲੋ ਆ ਇਹਦੀ, ਤੇਲ ਬਣਿਆ ਪਿਆ ਜੀ ਲੁੱਕ ਤੇ ਤੇਲ ਇਹ ਬਹੁਤ ਜ਼ਿਆਦਾ। ਉਹ ਦੇਖੋ ਤੁਸੀਂ ਟਰਬੋ ਦੇ ਵਿੱਚ ਬਲੋ ਰਾਹੀਂ ਤੇਲ ਆਈ ਜਾਂਦਾ ਅਤੇ ਸਰਵਿਸ 'ਤੇ ਇਹ ਗੱਡੀ ਤੇਲ ਸਾਰਾ ਹੀ ਖਾ ਜਾਂਦੀ ਹੈ, ਬਾਈ ਰੱਖਦਾ ਬਹੁਤ ਧਿਆਨ। ਅਤੇ ਹੁਣ ਅਸੀਂ ਕਰਾਂਗੇ ਜੀ ਇਹਦੇ ਇੰਜਨ ਦਾ ਕੰਮ। ਜਿਹੜੀ ਤੁਸੀਂ ਦੇਖ ਸਕਦੇ ਹੋ ਜੀ ਕੰਪਨੀ ਫਿਟਿੰਗਸ ਇੰਜਨ ਹੈ, ਪਹਿਲੀ ਵਾਰੀ ਖੋਲ੍ਹਣ ਲੱਗਿਆ ਅਤੇ ਅਸੀਂ ਇਹਨੂੰ ਰੱਖਾਂਗੇ ਇੱਦਾਂ ਹੀ, ਇਹਦੀ ਸੀਲਿੰਗ ਕਰਾਂਗੇ ਜਿਹਦੇ ਨਾਲ ਕੋਈ ਜੱਜਮੈਂਟ ਨਾ ਹੋਵੇ ਵੀ ਇੰਜਨ ਖੁੱਲ੍ਹਿਆ, ਅਤੇ ਕਰਾਂਗੇ ਬਿਲਕੁਲ ਓਕੇ ਰਿਪੋਰਟ। ਤੁਹਾਨੂੰ ਦਿਖਾਉਂਦੇ ਹਾਂ ਵੀ ਅਸੀਂ ਆਪਦੇ ਤਰੀਕੇ ਨਾਲ ਕਿਵੇਂ ਕਰਦੇ ਕੰਮ। ਆ ਜਾਓ ਜੀ ਕੇਮਾਂ ਨੂੰ ਖੋਲ੍ਹਤਾ ਜੀ, ਹੁਣ ਹੈੱਡ ਦੇ ਖੋਲ੍ਹਾਂਗੇ ਨਟ ਅਤੇ ਹੈੱਡ ਨੂੰ ਪੱਟਾਂਗੇ। ਹਾਂਜੀ ਆਹ ਤੁਸੀਂ ਦੇਖ ਸਕਦੇ ਹੋ ਹੈੱਡ ਅਸੀਂ ਪੱਟ ਲਿਆ, ਜਿਹੜਾ ਪਿਸਟਨ ਹੈ ਪਿਸਟਨ ਦੇ ਵਿੱਚ ਜਿਹੜੀ ਸਲੀਬਾਂ ਦੇ ਵਿੱਚ ਪਿਸਟਨ ਦੀ ਪਲੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ 3 ਨੰਬਰ 'ਚ ਹੈ ਥੋੜ੍ਹੀ ਜਿਹੀ ਘੱਟ ਹੈ, ਅਤੇ ਜਿਹੜੇ 4 ਨੰਬਰ ਵਾਲੇ 'ਚ ਆ ਜੀ ਉਹਦੇ 'ਚ ਪਿਸਟਨ ਦੀ ਪਲੇ ਜ਼ਿਆਦਾ ਹੈ। ਡਬਲ ਅਖਬਾਰ ਆ ਜਿਹੜਾ ਜੀ ਪੈ ਜਾਂਦਾ ਵਿੱਚ ਤੁਸੀਂ ਦੇਖ ਸਕਦੇ ਹੋ, ਅਤੇ ਡਬਲ ਅਖਬਾਰ ਪੈ ਕੇ ਵੀ ਪਿਸਟਨ ਥੋੜ੍ਹਾ ਜਿਹਾ ਢਿੱਲਾ ਡਲਕ ਦਿੰਦਾ, ਇਸੇ ਕਰਕੇ ਜਿਹੜਾ ਸਾਨੂੰ ਬਲਾਕ ਕੱਢਣਾ ਪਊਗਾ ਜੀ ਬਾਹਰ ਅਤੇ ਸਲੀਬਾਂ ਲਵਾਉਣੀਆਂ ਪੈਣੀਆਂ, ਅਤੇ ਇਹਦਾ ਕੰਮ ਅਸੀਂ ਕਰਾਂਗੇ ਜੀ ਬਿਲਕੁਲ ਓਕੇ। ਅਤੇ 3 ਨੰਬਰ ਵਾਲੀ ਸਲੀਬ ਦੇ ਵਿੱਚ ਜਿਹੜਾ ਥੋੜ੍ਹਾ ਜਿਹਾ ਪਿਸਟਨ ਜਾਂਦਾ ਜੀ ਟਾਈਟ, ਅਤੇ 4 ਨੰਬਰ ਵਾਲੀ 'ਚ ਜ਼ਿਆਦਾ ਢਿੱਲਾ, ਜਿਹੜਾ ਇਹਦਾ ਸਾਊਂਡ ਟੱਕ ਟੱਕਦਾ ਸੀਗਾ ਜੀ ਉਹ ਪਿਸਟਨ ਦਾ, ਅਤੇ ਸਲੀਬ ਸਾਨੂੰ ਲਵਾਉਣੀਆਂ ਸਲੀਬਾਂ ਸਾਨੂੰ ਲਵਾਉਣੀਆਂ ਪੈਣੀਆਂ। ਅਤੇ ਹੁਣ ਤੁਹਾਨੂੰ ਦਿਖਾਉਂਦੇ ਜੀ ਰਿੰਗਾਂ ਦਾ ਗੈਪ ਵਿੱਚ, ਰਿੰਗਾਂ ਦਾ ਗੈਪ ਕਿੰਨਾ ਰਹਿੰਦਾ। ਆਹ ਤੁਸੀਂ ਦੇਖ ਸਕਦੇ ਹੋ ਵੀ 3 ਨੰਬਰ ਵਾਲੀ ਸਲੀਬ 'ਚ ਅਤੇ 4 ਨੰਬਰ ਵਾਲੀ ਸਲੀਬ 'ਚ ਜ਼ਿਆਦਾ ਹੈ ਜੀ, 3 ਵਾਲੀ 'ਚ ਥੋੜ੍ਹਾ ਜਿਹਾ ਘੱਟ ਹੈ, ਅਤੇ ਮਤਲਬ 4 ਵਾਲੀ ਜ਼ਿਆਦਾ ਢਿੱਲੀ ਹੈ। ਹਾਂਜੀ ਵਰਨਾ ਫਲੂਇਡ ਦਾ ਜਿਹੜਾ ਅਸੀਂ ਬਲਾਕ ਦੇ ਸਲੀਬਾਂ ਲਵਾਤੀਆਂ ਜੀ, ਤੁਸੀਂ ਦੇਖ ਸਕਦੇ ਹੋ ਜਿਹੜੀ ਸਲੀਬਾਂ ਹੋ ਚੁੱਕੀਆਂ ਸਾਡੀਆਂ ਬਿਲਕੁਲ ਓਕੇ, ਅਤੇ ਇਹਦੇ ਵਿੱਚ ਜਿਹੜਾ ਰਿੰਗਾਂ ਦਾ ਗੈਪ ਆ ਜੀ ਬਹੁਤ ਜ਼ਿਆਦਾ ਰਿੰਗਾਂ ਦਾ ਗੈਪ ਰਹਿੰਦਾ ਸੀਗਾ, ਅਤੇ ਤਾਂ ਕਰਕੇ ਜਿਹੜੀਆਂ ਸਾਨੂੰ ਸਲੀਬਾਂ ਇਹ ਲਵਾਉਣੀਆਂ ਪਈਆਂ। ਅਤੇ ਹੁਣ ਅਸੀਂ ਦੱਸਾਂਗੇ ਜੀ ਤੁਹਾਨੂੰ ਆਪਦੇ ਤਰੀਕੇ ਨਾਲ ਕਿਵੇਂ ਕਰਦੇ ਹਾਂ ਕੰਮ, ਅਤੇ ਬਲਾਕ ਦੀ ਅਸੀਂ ਸਫਾਈ ਕਰ ਲਈ ਹੈ ਜੀ ਚੰਗੀ ਤਰ੍ਹਾਂ, ਰੱਖ ਲਿਆ ਸਮਾਨ ਨੂੰ ਕਰ ਲਿਆ ਚੰਗੀ ਤਰ੍ਹਾਂ ਵਾਸ਼, ਅਤੇ ਜਿਹੜੇ ਨਟ ਬੋਲਟ ਆ ਸਾਡੇ ਹੋ ਚੁੱਕੇ ਅਨਕਲੀਨ ਜੀ, ਤੁਸੀਂ ਦੇਖ ਸਕਦੇ ਹੋ ਟ੍ਰੇ ਦੇ ਵਿੱਚ ਅਸੀਂ ਚਿਣ ਕੇ ਰੱਖ ਲਿਆ। ਅਤੇ ਹੁਣ ਅਸੀਂ ਕਰਾਂਗੇ ਜੀ ਕ੍ਰੈਂਕ ਦੀ ਫਿਟਿੰਗ, ਅਤੇ ਹਾਂਜੀ ਹੁਣ ਆਪਾਂ ਕਰਾਂਗੇ ਓਇਲ ਸਪਰੇਟਰਾਂ ਦੀ ਫਿਟਿੰਗ। ਤੁਸੀਂ ਦੇਖ ਸਕਦੇ ਹੋ ਵੀ ਅਸੀਂ ਇਹਨੂੰ ਚੰਗੀ ਤਰ੍ਹਾਂ ਕਰ ਲਿਆ ਚੈੱਕ, ਓਇਲ ਸਪਰੇਟਰ ਆਪਣੇ ਬਿਲਕੁਲ ਓਕੇ, ਅਤੇ ਅਸੀਂ ਇਹਨਾਂ ਦੀ ਕਰਾਂਗੇ ਫਿਟਿੰਗ ਜੀ। ਜਿਹੜੇ ਇਹਨਾਂ ਦੇ ਵਿੱਚ ਰਬੜ ਰਿੰਗ ਆ ਉਹ ਵੀ ਓਕੇ ਆ ਜੀ, ਤੁਸੀਂ ਦੇਖ ਸਕਦੇ ਹੋ ਜਿਹੜੇ ਰਬੜ ਰਿੰਗ ਓਕੇ ਆ ਇਹਨੂੰ ਹਲਕਾ ਜਿਹਾ ਲਾ ਕੇ ਓਇਲ, ਅਤੇ ਕਰਾਂਗੇ ਇਹਨਾਂ ਦੀ ਫਿਟਿੰਗ। ਅਤੇ ਤੁਹਾਨੂੰ ਹਾਂਜੀ ਜਿਹੜੇ ਓਇਲ ਸਪਰੇਟਰ ਅਸੀਂ ਕੱਸਤੇ ਆ, ਅਤੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਾਡੇ ਮੇਨਾਂ ਦੀ ਫਿਟਿੰਗ ਹੋ ਚੁੱਕੀ ਹੈ ਜੀ, ਅਤੇ ਹੁਣ ਅਸੀਂ ਕਰਾਂਗੇ ਕ੍ਰੈਂਕ ਦੀ ਫਿਟਿੰਗ, ਅਤੇ ਤੁਹਾਨੂੰ ਦੱਸਦੇ ਹਾਂ ਵੀ ਕਿਸ ਤਰੀਕੇ ਨਾਲ ਕਰਦੇ ਹਾਂ ਜੀ ਕ੍ਰੈਂਕ ਦੀ ਫਿਟਿੰਗ। ਪੀਸਾਂ ਨੂੰ ਲਾ ਕੇ ਥੋੜ੍ਹਾ ਜਿਹਾ ਓਇਲ, ਅਤੇ ਹੁਣ ਅਸੀਂ ਰੱਖਾਂਗੇ ਕ੍ਰੈਂਕ 'ਤੇ। ਹਾਂਜੀ ਇਸ ਤਰੀਕੇ ਨਾਲ ਜਿਹੜੀ ਆਪਣੀ ਸੀਲਿੰਗ ਆ ਉਹ ਬਣ ਚੁੱਕੀ ਹੈ, ਅਤੇ ਕ੍ਰੈਂਕ ਦੇ ਜਿਹੜੇ ਕੈਪਾਂ ਨੂੰ ਅਸੀਂ ਲਾਤਾ ਜੀ ਓਇਲ, ਅਤੇ ਹੁਣ ਅਸੀਂ ਇਹਦਾ ਕਸਾਂਗੇ ਜੀ ਉੱਪਰਲਾ ਟਾਪਾ, ਉੱਪਰਲੇ ਟਾਪੇ ਦੀ ਕਰਾਂਗੇ ਫਿਟਿੰਗ ਕ੍ਰੈਂਕ ਦੇ। ਤੁਸੀਂ ਦੇਖ ਸਕਦੇ ਹੋ ਜਿਹੜੀ ਸਾਡੀ ਸੀਲਿੰਗ ਆ ਕਿਸ ਤਰੀਕੇ ਨਾਲ ਅਸੀਂ ਸੀਲਿੰਗ ਬਣਾਉਣੀ ਆ ਜੀ, ਜਿਹੜੀ ਬਲੈਕ ਬੌਂਡ ਵਗੈਰਾ ਇਹਨੂੰ ਲਾਉਣੇ ਆ ਅਸੀਂ, ਵੀ ਇਸ ਚੀਜ਼ ਨਾਲ ਜੱਜਮੈਂਟ ਨਹੀਂ ਹੁੰਦੀ ਵੀ ਇੰਜਨ ਸ਼ੀਲਡ ਜਾਂ ਖੁੱਲ੍ਹਿਆ, ਅਸੀਂ ਇਹ ਕੰਪਨੀ ਦੀ ਹੀ ਬਲੈਕ ਬੌਂਡ ਲਾ ਦਿੰਦੇ ਹਾਂ ਜੀ, ਅਤੇ ਸੀਲ ਆ ਸਾਡੀ ਜਿਹੜੀ ਓਰੀਜਨਲ ਹੁੰਡਾਈ ਦੀ ਪੈਕ ਚੁੱਕੀ ਆ, ਅਤੇ ਹੁਣ ਅਸੀਂ ਇਹਦੀ ਕਰਾਂਗੇ ਜੀ ਫਿਟਿੰਗ। ਮੇਨਾਂ ਨੂੰ ਚੰਗੀ ਤਰ੍ਹਾਂ ਲਾ ਲਿਆ ਜੀ ਓਇਲ, ਅਤੇ ਮੇਨਾਂ ਦੀ ਕਰਤੀ ਹੈ ਫਿਟਿੰਗ। ਹੁਣ ਅਸੀਂ ਕਰਾਂਗੇ ਜੀ ਨਟਾਂ ਦੀ ਕਰਾਂਗੇ ਕਸਾਈ, ਚਾਰੇ ਦੇ ਚਾਰੇ ਜਿਹੜੇ ਪਿਸਟਨ ਆ ਸਾਡੇ ਹੋ ਚੁੱਕੇ ਆ ਬਿਲਕੁਲ ਓਕੇ, ਅਤੇ ਝਰੀਆਂ ਦਾ ਕੰਮ ਹੋ ਚੁੱਕਿਆ ਬਿਲਕੁਲ ਓਕੇ। ਰਿੰਗ ਪਾਵਾਂਗੇ ਜੀ ਇਹ 'ਚ ਓਲਡ ਮਾਡਲ ਵਰਨਾ ਫਲੂਇਡ ਵਾਲੇ, ਅਤੇ ਜਿਹੜਾ ਤੁਸੀਂ ਆਪਣਾ ਕਨੈਕਟਰ ਆਡ ਵੇਖ ਸਕਦੇ ਹੋ ਜੀ, ਇਹਦੇ ਜਿਹੜੇ CR ਬੁਸ਼ ਆ ਜੀ ਆਪਾਂ ਇਹ ਚੈੱਕ ਕਰ ਲਿਆ ਬਿਲਕੁਲ ਹੈਗੇ ਆ ਓਕੇ, ਕਨੈਕਟਰ ਵਾਲਾ ਬੁਸ਼ ਹੈ ਬਿਲਕੁਲ ਓਕੇ, ਇਹ ਅਸੀਂ ਰੱਖਾਂਗੇ ਜੈਨੂਅਨ ਹੀ। ਅਤੇ ਹੁਣ ਅਸੀਂ ਕਰਾਂਗੇ ਜੀ ਪਿਸਟਨਾਂ ਦੀ ਫਿਟਿੰਗ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿਸ ਤਰੀਕੇ ਨਾਲ ਕਰਦੇ ਹਾਂ ਪਿਸਟਨਾਂ ਦੀ ਫਿਟਿੰਗ। ਕ੍ਰੈਂਕ ਦੀ ਫਿਟਿੰਗ ਸਾਡੀ ਹੋ ਚੁੱਕੀ ਹੈ, ਕ੍ਰੈਂਕ ਦੇ ਜਿਹੜੇ ਨਾੜ ਆ ਤਸੱਲੀ ਨਾ ਕਰਦੇ ਟਾਈਟ ਬਿਲਕੁਲ ਹੋ ਚੁੱਕੀ ਹੈ ਓਕੇ, ਅਤੇ ਹੁਣ ਅਸੀਂ ਕਰਾਂਗੇ ਪਿਸਟਨਾਂ ਦੀ ਫਿਟਿੰਗ। ਹਾਂਜੀ ਕਨੈਕਟਰ ਆੜਾਂ ਦੀ ਜਿਹੜੀ ਫਿਟਿੰਗ ਆ ਉਹ ਪਿਸਟਨਾਂ ਦੇ ਵਿੱਚ ਹੋ ਚੁੱਕੀ ਆ,
ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਅਸੀਂ ਕਰਾਂਗੇ ਰਿੰਗਾਂ ਦੀ ਫਿਟਿੰਗ, ਅਤੇ ਤੁਹਾਨੂੰ ਦਿਖਾਉਂਦੇ ਹਾਂ ਜਿਹੜਾ ਸਲੀਪਾਂ ਦੇ ਵਿੱਚ ਰਿੰਗਾਂ ਦਾ ਗੈਪ ਕਿੰਨਾ ਰਹਿੰਦਾ। ਹਾਂਜੀ, ਸਲੀਪਾਂ ਦੇ ਵਿੱਚ ਰਿੰਗਾਂ ਦਾ ਗੈਪ ਤੁਸੀਂ ਚੈੱਕ ਕਰ ਸਕਦੇ ਹੋ। ਆਹ ਟੋਪ ਰਿੰਗ ਆ ਜੀ, ਆਹ ਦੇਗੀ ਰਿੰਗ ਆ ਜੀ ਵਿਚਾਲੜਾ ਸੈਂਟਰ ਵਾਲਾ, ਅਤੇ ਆਹ ਓਇਲ ਰਿੰਗ ਆ ਜੀ। ਸਾਰਿਆਂ ਦਾ ਗੈਪ ਬਿਲਕੁਲ ਓਕੇ, ਤੁਸੀਂ ਦੇਖ ਸਕਦੇ ਹੋ। ਅਤੇ ਹੁਣ ਅਸੀਂ ਇਹਨਾਂ ਨੂੰ ਕਰਾਂਗੇ ਪਿਸਟਨਾਂ ਦੇ ਵਿੱਚ ਫਿੱਟ। ਰਿੰਗਾਂ ਦੀਆਂ ਝਰੀਆਂ ਤੁਸੀਂ ਸਾਡੀਆਂ ਚੈੱਕ ਕਰ ਸਕਦੇ ਹੋ ਜੀ, ਰਿੰਗਾਂ ਦੀਆਂ ਝਰੀਆਂ ਬਿਲਕੁਲ ਓਕੇ, ਮਾਸਾ ਪਲੇਨ ਹੀ ਬਿਲਕੁਲ ਆ ਓਕੇ। ਅਤੇ ਇੱਕ ਗੱਲ ਹੋਰ ਆ ਜੀ, ਆਹ ਜਿਹੜਾ ਮੱਖੀ ਵਾਲਾ ਟੱਕ ਹੁੰਦਾ ਇਹ ਓਇਲ ਸ਼ਾਵਰ ਵਾਲੇ ਪਾਸੇ ਹੁੰਦਾ, ਅਤੇ ਇਹਨੂੰ ਆਪਾਂ ਟੈਮਕ ਵਾਲੇ ਪਾਸੇ ਕਰਨਾ ਹੁੰਦਾ, ਅਤੇ ਜਿਹੜੀ ਮੱਖੀ ਵਾਲਾ ਟੱਕ ਹੁੰਦਾ ਇਹ ਓਇਲ ਸ਼ਾਵਰ ਤੋਂ ਉਲਟ ਹੁੰਦਾ ਜੀ। ਚੰਗੀ ਤਰ੍ਹਾਂ ਤਸੱਲੀ ਨਾਲ ਕਰ ਲਿਆ ਚੈੱਕ, ਅਤੇ ਹੁਣ ਅਸੀਂ ਪਾਵਾਂਗੇ ਜੀ ਪਿਸਟਨ ਦੀ ਕਰਾਂਗੇ ਫਿਟਿੰਗ ਸਲੀਪ ਦੇ ਵਿੱਚ। ਹਾਂਜੀ, ਨਟਾਂ ਦੀ ਕਰਾਤੀ ਹੈ ਪੂਰੀ ਤਰ੍ਹਾਂ ਤਸੱਲੀ, ਅਤੇ ਹੁਣ ਅਸੀਂ ਕਰਾਂਗੇ ਜੀ ਹੈੱਡ ਦੀ ਐਕਸਾਈਜ਼, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਕਰਦੇ ਹਾਂ ਕੰਮ, ਅਤੇ ਕਿਵੇਂ ਕਰਦੇ ਹਾਂ ਹੈੱਡ ਦੀ ਫਿਟਿੰਗ। ਪਿਸਟਨਾਂ ਦੀ ਫਿਟਿੰਗ ਹੋ ਚੁੱਕੀ ਹੈ ਜੀ, ਹੁਣ ਅਸੀਂ ਰੱਖਾਂਗੇ ਹੈੱਡ। ਹਾਂਜੀ, ਹੁੰਡਾਈ ਦਾ ਪਾਵਾਂਗੇ ਓਰੀਜਨਲ ਹੈੱਡ ਗੈਸਕਟ, ਤੁਸੀਂ ਦੇਖ ਸਕਦੇ ਹੋ। ਇਹਦੇ ਪਾਵਾਂਗੇ ਜੀ ਡਬਲ ਟੱਕ, ਕਿਉਂਕਿ ਅਸੀਂ ਇਹਦੀਆਂ ਸਲੀਪਾਂ ਜਿਹੜੀਆਂ ਨਵੀਆਂ ਲਵਾਈਆਂ, ਅਤੇ ਉਹਦੇ ਨਾਲ ਸਾਨੂੰ ਜਿਹੜਾ ਬਲਾਕ ਦਾ ਫੇਸ ਆ ਹਲਕਾ ਜਿਹਾ ਟੱਚ ਕਰਨਾ ਪਿਆ ਜੀ, ਅਤੇ ਜਿੰਨੇ 1000 ਬਲਾਕ ਦਾ ਫੇਸ ਡਾਊਨ ਹੋਇਆ ਉਨੇ 1000 ਅਸੀਂ ਗੈਸਕਟ ਮੋਟਾ ਪਾ ਦੇਵਾਂਗੇ ਜੀ। ਗੈਸਕਟ ਆ ਜਿਹੜਾ ਪਾਵਾਂਗੇ ਅਸੀਂ ਡਬਲ ਟੱਕ, ਦੂਜੇ ਦੇ ਮੁਤਾਬਕ ਅਸੀਂ ਮਿਲ ਲਿਆ, ਅਤੇ ਤੁਸੀਂ ਦੇਖ। ਹਾਂਜੀ, ਹੈੱਡ ਗੈਸਕਟ ਪਾਤਾ ਅਸੀਂ ਹੁੰਡਾਈ ਦਾ, ਅਤੇ ਹੈੱਡ ਦੇ ਜਿਹੜੇ ਵਾਲਾਂ ਦਾ ਕੰਮ ਕਰਤਾ ਜੀ ਤਸੱਲੀ ਬਖਸ਼, ਹੈੱਡ ਦਾ ਫੇਸ ਆ ਜੀ ਬਿਲਕੁਲ ਓਕੇ, ਅਤੇ ਤੁਸੀਂ ਦੇਖ ਸਕਦੇ ਹੋ ਵਾਲਾਂ ਦੀਆਂ ਸੀਟਾਂ ਅਸੀਂ ਲਾਤੀਆਂ, ਅਤੇ ਵਾਲਾਂ ਨੂੰ ਕਰਤਾ ਹੈ ਬਿਲਕੁਲ ਓਕੇ, ਹੈੱਡ ਦੀ ਸਫਾਈ ਹੋ ਚੁੱਕੀ ਹੈ। ਅਤੇ ਹੁਣ ਅਸੀਂ ਇਹਦੀ ਕਰਾਂਗੇ ਫਿਟਿੰਗ ਬਲਾਕ 'ਤੇ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਵੇਂ ਕਰਦੇ ਹਾਂ ਜੀ ਕੰਮ, ਤੁਸੀਂ ਦੇਖ ਸਕਦੇ। ਓਰੀਜਨਲ ਗੈਸਕਟ ਅਸੀਂ ਪਾਤਾ ਹੁੰਡਾਈ ਦਾ। ਹੁਣ ਇਹ ਜੀ ਕਸਾਂਗੇ ਜੀ ਟੈਮਕ ਪਲੇਟ, ਟੈਮਕ ਪਲੇਟ ਦੀ ਕਰਾਂਗੇ ਫਿਟਿੰਗ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿਸ ਤਰੀਕੇ ਨਾਲ ਕਰਦੇ ਹਾਂ ਜੀ ਕੰਮ। ਟਰਬੋ ਇਹਦਾ ਤੁਸੀਂ ਦੇਖ ਸਕਦੇ ਹੋ, ਟਰਬੋ ਇਹਦਾ ਬਿਲਕੁਲ ਓਕੇ, ਮਾਸਾ ਪਲੇਨ ਹੀ ਬਿਲਕੁਲ ਓਕੇ ਆ ਜੀ। ਜੈਨਾ ਨੂੰ ਸਿਲੀਕੋਨ ਲਾ ਲਈ ਅੱਜ। ਹਾਂਜੀ, ਹੁਣ ਅਸੀਂ ਕਰਾਂਗੇ ਟੈਮਕ ਪਲੇਟ ਦੀ ਫਿਟਿੰਗ, ਤੁਸੀਂ ਦੇਖ ਸਕਦੇ ਹੋ ਹੈੱਡ ਦੇ ਨਾਲ ਅਸੀਂ ਕਾਸਤੇ ਜੀ ਟੈਮਕ ਪਲੇਟ ਦੀ ਕਰਾਂਗੇ ਫਿਟਿੰਗ, ਅਤੇ ਜਿਹੜੀ ਸੀਲਿੰਗ। ਹਾਂਜੀ, ਕੇਮਾਂ ਦੀ ਫਿਟਿੰਗ ਹੋ ਚੁੱਕੀ ਆ, ਅਤੇ ਟੈਮਕ ਅਸੀਂ ਬੰਨਦਾ ਤੁਸੀਂ ਦੇਖ ਸਕਦੇ ਹੋ ਜੀ ਚੈਣਾਂ 'ਤੇ, ਜਿਹੜੀਆਂ ਨਿਸ਼ਾਨੀਆਂ ਚੈਣਾਂ 'ਤੇ ਆ ਉਹੀ ਘੜੀਆਂ 'ਤੇ ਆ ਜੀ। ਇਸ ਤਰੀਕੇ ਨਾਲ ਜਿਹੜੀ ਟੈਮਕ ਦੀ ਫਿਟਿੰਗ ਹੋ ਜਾਂਦੀ ਹੈ। ਹਾਂਜੀ, ਓਇਲ ਪੰਪ ਦੀ ਜਿਹੜੀ ਫਿਟਿੰਗ ਆ ਉਹ ਹੋ ਚੁੱਕੀ ਆ, ਅਤੇ ਤੁਸੀਂ ਸਾਡਾ ਦੇਖ ਸਕਦੇ ਹੋ ਫੇਸ, ਓਇਲ ਪੰਪ ਪਲੇਟ ਅਤੇ ਟੈਮਕ ਪਲੇਟ ਦਾ, ਅਤੇ ਹੈੱਡ ਦਾ ਫੇਸ ਤਿੰਨਾਂ ਦਾ ਹੈਗਾ ਬਿਲਕੁਲ ਓਕੇ ਜੀ। ਲਓ, ਤੁਸੀਂ ਦੇਖ ਸਕਦੇ ਹੋ ਫੇਸ ਆ ਬਿਲਕੁਲ ਬਰਾਬਰ, ਜਿੰਨਾ ਅਸੀਂ ਫੇਸ ਇਹਦਾ ਲਵਾਇਆ ਉਸ ਹਿਸਾਬ ਨਾਲ ਅਸੀਂ ਇਹਦੀ ਗੈਸਕਟ ਦੀ ਕਰਕੇ ਸੈਟਿੰਗ 'ਤੇ ਪਾ ਦਿੱਤਾ ਜੀ। ਤੁਸੀਂ ਦੇਖ ਸਕਦੇ ਹੋ ਸਾਡੇ ਕੰਮ ਦੀ ਫਿਟਿੰਗ, ਆ ਜਿਹੜੀ ਸੀਲ ਆ ਕੰਪਨੀ ਦੀ ਸੀਲ ਬਣਾਤੀ ਹੈ ਜੀ, ਜਿਵੇਂ ਕੰਪਨੀ ਦੀ ਆਉਂਦੀ ਆ, ਬਲੈਕ ਮਾਡਲ ਆ ਗਏ, ਅਤੇ ਓਇਲ ਪੰਪ ਸਾਡਾ ਕਸਿਆ ਗਿਆ। ਹੁਣ ਕਸਾਂਗੇ ਇਹਦਾ ਟੈਪਟ ਕਵਰ।
ਲਿਆਓ ਵੀ ਛੋਟੇ ਵੀਰ ਰੱਖੋ ਟੈਪ ਕਵਰ। ਹਾਂਜੀ ਇੰਜਨ ਦੀ ਫਿਟਿੰਗ ਹੋ ਚੁੱਕੀ ਆ, ਕਲੱਚ ਸੈੱਟ ਅਸੀਂ ਪਾਤਾ ਜੀ ਨਵਾਂ, ਅਤੇ ਇੰਜਨ ਦੀ ਸਾਰੀ ਤਕਰੀਬਨ ਫਿਟਿੰਗ ਕਰਤੀ ਆ ਜੀ। ਅਤੇ ਹੁਣ ਅਸੀਂ ਕਾਫੀ ਇੰਨੇ ਇਹਦੇ ਇੰਜੈਕਟਰ ਅਤੇ ਇੰਜੈਕਟਰ ਕੱਸ ਕੇ ਕਰਾਂਗੇ ਗੇਅਰ ਬਾਕਸ ਦੀ ਫਿਟਿੰਗ। ਵਾਸ਼ਲਾਂ ਜਿਹੜੀਆਂ ਅਸੀਂ 1.5 mm ਦੀਆਂ ਪਾਤੀਆਂ ਜੀ ਨਵੀਆਂ, ਤੁਸੀਂ ਦੇਖ ਸਕਦੇ ਹੋ। ਅਤੇ ਜਿਹੜੀ ਇੰਜੈਕਟਰਾਂ ਦੀ ਫਿਟਿੰਗ ਆ ਆਪਣੇ 3 ਇੰਜੈਕਟਰ ਕੱਸਤੇ, ਚੌਥਾ ਕੱਸੀ ਜਾਂਦੇ ਹਾਂ। ਅਤੇ ਮੁੜ ਕੇ ਜਿਹੜਾ ਗੇਅਰ ਬਾਕਸ ਦੀ ਕਰਾਂਗੇ ਫਿਟਿੰਗ, ਅਤੇ ਰੱਖਾਂਗੇ ਗੱਡੀ 'ਚ, ਮਾਰਾਂਗੇ ਸੈਲਫ ਅਤੇ ਕਰਾਂਗੇ ਸਟਾਰਟ। ਹਾਂਜੀ ਫਿਟਿੰਗ ਤੁਸੀਂ ਦੇਖ ਸਕਦੇ ਹੋ, ਇੰਜਨ ਦੀ ਫਿਟਿੰਗ ਹੋ ਚੁੱਕੀ ਹੈ ਬਿਲਕੁਲ ਓਕੇ, ਅਤੇ ਕੰਮ ਸਾਡਾ ਹੋ ਗਿਆ ਜੀ ਕੰਪਲੀਟ। ਇੰਜਨ ਦੀ ਫਿਟਿੰਗ ਦਾ ਕੰਮ ਕੰਪਲੀਟ ਹੋ ਗਿਆ ਜੀ। ਅਤੇ ਹੁਣ ਅਸੀਂ ਲਾਵਾਂਗੇ ਗੇਅਰ ਬਾਕਸ, ਲਾ ਕੇ ਅਤੇ ਇਹਨੂੰ ਕਰਾਂਗੇ ਕਾਰ ਦੇ ਵਿੱਚ ਫਿੱਟ, ਤੁਸੀਂ ਦੇਖ ਸਕਦੇ ਹੋ। ਅਤੇ ਕਰਾਂਗੇ ਸਟਾਰਟ, ਲਓ ਜੀ ਇੰਜਨ ਕੁੱਕਰ 'ਤੇ ਟੰਗ ਲਿਆ ਅਤੇ ਜਾਂਦਾ ਹੋਇਆ ਗੱਡੀ ਵੱਲ, ਤੁਸੀਂ ਦੇਖ ਸਕਦੇ ਹੋ। ਹੁਣ ਅਸੀਂ ਇਹਦੇ ਨਾਲ ਕਰਾਂਗੇ ਜੀ ਗੇਅਰ ਦੀ ਫਿਟਿੰਗ। ਹਾਂਜੀ ਇੰਜਨ ਦੀ ਜਿਹੜੀ ਮਾਊਂਟਾਂ ਦੇ ਫਿਟਿੰਗ ਹੋ ਚੁੱਕੀ ਆ, ਤੁਸੀਂ ਦੇਖ ਸਕਦੇ ਹੋ ਇੰਜਨ ਦੀ ਫਿਟਿੰਗ ਹੋ ਚੁੱਕੀ ਆ। ਮਾਊਂਟਾਂ ਦੇ ਮਾਊਂਟ ਆ ਜਿਹੜੇ ਅਸੀਂ ਇੰਜਨ ਮਾਊਂਟ ਆ ਕੱਸ ਦਿੱਤੇ ਨੇ, ਅਤੇ ਐਕਸਲ ਵਗੈਰਾ ਪਾ ਕੇ, ਅਤੇ ਹੁਣ ਅਸੀਂ ਕਰਾਂਗੇ ਜੀ ਵਾਇਰਿੰਗ ਦੀ ਫਿਟਿੰਗ, ਅਤੇ ਕਰਦੇ ਹਾਂ ਛੇਤੀ ਹੀ ਸਟਾਰਟ ਇਹਨੂੰ। ਹਾਂਜੀ ਇੰਜਨ ਦੀ ਫਿਟਿੰਗ ਹੋ ਚੁੱਕੀ ਆ, ਅਤੇ ਕੂਲੈਂਟ ਅਤੇ ਇੰਜਨ ਆਇਲ ਅਸੀਂ ਪਾਤਾ ਜੀ। ਅਤੇ ਹੁਣ ਅਸੀਂ ਕਢਾਵਾਂਗੇ ਇਹਦੀ ਏਅਰ, ਅਤੇ ਮਾਰਾਂਗੇ ਸੈਲਫ। ਹਾਂਜੀ ਡੀਜ਼ਲ ਦੇਖ ਸਕਦੇ ਹੋ ਤੁਸੀਂ, ਸਾਰੀਆਂ ਪਾਈਪਾਂ ਦੇ ਵਿੱਚ ਦੀ ਡੀਜ਼ਲ ਆ ਚੁੱਕਿਆ। ਅਤੇ ਹੁਣ ਕਢਾਵਾਂਗੇ ਅਸੀਂ ਇੰਜੈਕਟਰਾਂ ਵਿੱਚ ਦੀ ਏਅਰ, ਅਤੇ ਮਾਰਾਂਗੇ 4 ਸਿਲਫਾਂ। ਚੱਲ ਬਈ ਚੱਲ, ਚੱਲ ਹਾਂਜੀ ਰਿਟਰਨ ਸਾਡੀ ਡੀਜ਼ਲ ਆ ਚੁੱਕਿਆ। ਅਤੇ ਹੁਣ ਲਾਵਾਂਗੇ ਇੰਜੈਕਟਰਾਂ ਦੇ ਕੈਪ ਅਤੇ ਕਰਾਂਗੇ ਸਟਾਰਟ। ਹਾਂਜੀ ਇੰਜੈਕਟਰਾਂ ਵਾਲੇ ਕੈਪਲਰ ਆ ਜਿਹੜੇ ਅਸੀਂ ਲਾ ਦਿੱਤੇ ਆ, ਅਤੇ ਹੁਣ ਮਾਰਾਂਗੇ ਸਿਲਫ ਅਤੇ ਕਰਾਂਗੇ ਸਟਾਰਟ। ਮਾਰ ਛੋਟੇ ਵੀਰ ਸਿਲਫ, ਲਓ ਜੀ ਇੰਜਨ ਦਾ ਸਾਊਂਡ ਆ ਜਿਹੜਾ ਤੁਸੀਂ ਸੁਣ ਸਕਦੇ ਹੋ, ਅਤੇ ਸਟਾਰਟਿੰਗ ਆ ਜਿਹੜੀ ਹੋ ਗਈ ਆ ਬਿਲਕੁਲ ਓਕੇ। ਬੰਦ ਕਰਕੇ ਮਾਰੀ ਸਿਲਫ, ਚਲੋ ਲਓ ਜੀ ਸਟਾਰਟਿੰਗ ਆ ਬਿਲਕੁਲ ਓਕੇ। ਅਤੇ ਹੁਣ ਇਹਨੂੰ ਕਰਕੇ ਕੰਪਲੀਟ ਲਵਾਂਗੇ ਰਾਈਡ, ਅਤੇ ਤੁਹਾਨੂੰ ਦਿਖਾਉਂਦੇ ਹਾਂ ਵੀ ਕਿੱਦਾਂ ਦੀ ਬਣਦੀ ਹੈ ਗਰਮ ਹੋ ਕੇ ਸਟਾਰਟਿੰਗ, ਅਤੇ ਕਿਵੇਂ ਬਣਦੀ ਹੈ ਪਿਕਅਪ। ਹਾਂਜੀ ਗੱਡੀ ਦੀ ਅਸੀਂ ਰਾਈਡ ਲੈ ਲਈ, ਅਤੇ ਜਿਹੜਾ ਟੈਂਪਰੇਚਰ ਆ ਬਿਲਕੁਲ ਆ ਚੁੱਕਿਆ ਸੈਂਟਰ 'ਤੇ, ਅਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਗਰਮ ਕਰਕੇ ਸਟਾਰਟਿੰਗ। ਸਟਾਰਟਿੰਗ ਆ ਜੀ ਬਿਲਕੁਲ ਓਕੇ, ਇੰਜਨ ਦਾ ਦਿਖਾਉਂਦੇ ਜੀ ਤੁਹਾਨੂੰ ਬੈਕ ਕੰਪਰੈਸ਼ਰ। ਇੰਜਨ ਦਾ ਸਾਊਂਡ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ, ਅਤੇ ਹੁਣ ਅਸੀਂ ਬੰਦ ਕਰਕੇ ਮਾਰਾਂਗੇ ਸਿਲਫ, ਮਾਰੀ ਬੰਦ ਕਰਕੇ ਸਿਲਫ, ਚਲੋ ਲਓ ਜੀ ਸਟਾਰਟਿੰਗ ਆ ਬਿਲਕੁਲ ਓਕੇ, ਅਤੇ ਬੈਕ ਕੰਪਰੈਸ਼ਰ ਵੀ ਜਿਹੜਾ ਬਿਲਕੁਲ ਓਕੇ ਆ, ਕੋਈ ਛਿੱਟਾ ਨਹੀਂ, ਕੋਈ ਕੁਛ ਨਹੀਂ, ਗੱਡੀ ਹੋ ਚੁੱਕੀ ਆ ਪੂਰੀ ਤਰ੍ਹਾਂ ਗਰਮ, ਕੋਈ ਬਲੋ ਨਹੀਂ, ਅਤੇ ਗੱਡੀ ਹੋ ਗਈ ਹੈ ਓਕੇ, ਸਟਾਰਟਿੰਗ ਵੀ ਬਿਲਕੁਲ ਓਕੇ ਆ। ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਕਰੋ ਸ਼ੇਅਰ, ਧੰਨਵਾਦ ਜੀ।